सो मैं हाँ संदीप चौधरी ते तुसी देख रहे हो तुहाडा अपना न्यूज़ चैनल न्यूज़ 89 पंजाब ते असी अज एक विशेष प्रोग्राम कवर करन आए सीगे भारत तिब्बत सहयोग मंच वालों जिहड़ा एक प्रोग्राम जिहड़ा है रख्या गया ते इस संस्था दे की काम है ते तीआं दा प्रोग्राम जिहड़ा इन्हां वालों कीता गया ते होर इन्हां दे की उद्देश्य है आने वाले दिनों दे विच आपां गलबात कर लैने आ और साडे नाल इस टाइम मौजूद है की कहना चाहोगे की नाम है जी अपना मैं रूपाली भगत भारत तिब्बत सहयोग मंच पंजाब प्रदेश अध्यक्ष हाँ अज राजपुरा चाहिए अपन भैनों के सारे और साड़ी टीम काफ़ी टाइम तो काम कर रही काफ़ी समय तो इंटरनेशनल लैवल से चल रहा साडा ये है कि साडा जिहड़ा चाइना का समान का बायकॉट करन दा साडा मुद्दा काफ़ी उपर लैवल से चल रहा और असी काफ़ी भैनों का सहयोग नाल असी इनू चाइना के समान का बायकॉट करन दा काफ़ी देर तो मतलब सक्सैस भी हो रहा साडा मुद्दा ये एक जिहड़ा सावन महीने में होंदा ना ते उहदे च हुंदा कि एक संकल्प करवाया जांदा साडे शिवजी कैलाश हाँ जी साडे इष्ट देव जिहड़े महादेव शिवजी के कैलाश मानसरोवर का स्थान है जिहड़ा वह तिब्बत में है तिब्बत जो है वह चाइना के कब्जे च है उत्थे जाने लिए सानू परमिशन लेनी पैंदी उत्थे वीज़ा लेना पैंदा चाइना को तो साडी यही कोशिश है और साडा अभियान चल रहा है कि सानू उत्थे जाने लिए क्योंकि इष्ट देव तो साडे ने सानू उन्हां तक पहुँचने लिए वीज़े की की लोड़ है तो ये डायरैक्ट रस्ता भी एक बनाया जा रहा है तो उन्होंने जा डायरैक्ट एक रस्ता भी बन रहा ठीक है वो स्पैशली उन्होंने जेडे परिवहन निगम वाले हाँ उन्होंने चाइनीज चीज़ों का बायकॉट की गल कर रहे हो हूँ राखी आ रही है अगर हूँ राखी जी है जी 90% जी है वह चाइना तो आती है तो भारत देश के राखी ਦਾ ਜਿਹੜਾ ਕਾਰੋਬਾਰ ਹੈ ਉਹ ਖਤਮ ਹੁੰਦਾ ਜਾ ਰਿਹਾ ਕਿਉਂ ਕਿਉਂਕਿ ਜਿਹੜਾ ਉੱਥੋਂ ਸਸਤੀ ਚੀਜ਼ ਆਉਂਦੀ ਹੈ ਕੀ ਕਹਿਣਾ ਚਾਹੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਰਾਖੀ ਆ ਰਹੀ ਹੈ ਕੀ ਰਾਖੀ ਦੇ ਤੇ ਮੈਂ ਕਹਿਣਾ ਚਾਹਾਂਗੀ ਕਿ ਅੱਜ ਕੱਲ੍ਹ ਜਿਹੜੇ ਲੋਕ ਅਸੀਂ ਲੋਕ ਹੈਗੇ ਹਾਂ ਚਮਕ ਦਮਕ ਵੱਲ ਜ਼ਿਆਦਾ ਦੌੜਦੇ ਹਾਂ ਠੀਕ ਹੈ ਅਤੇ ਜਿਹੜੀ ਚਾਈਨਾ ਤੋਂ ਰੱਖੜੀਆਂ ਆਉਂਦੀਆਂ ਉਹਨਾਂ 'ਚ ਚਮਕ ਦਮਕ ਜ਼ਿਆਦਾ ਹੁੰਦੀ ਹੈ ਜਿਹੜੀ ਸਾਡੇ ਦੇਸ਼ 'ਚ ਬਣੀ ਹੋਈ ਹੈ ਉਹ ਥੋੜ੍ਹਾ ਮਹਿੰਗੀ ਵੀ ਹੋਏਗੀ ਔਰ ਆਪਣੇ ਹੱਥ ਨਾਲ ਜਿਹੜੀ ਬਣਾਈ ਹੋਈ ਹੋਵੇਗੀ ਠੀਕ ਹੈ ਔਰ ਅਸੀਂ ਲੋਕ ਚਮਕ ਵੱਲ ਜ਼ਿਆਦਾ ਦੌੜਦੇ ਹਾਂ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਆਪਣੇ ਦੇਸ਼ 'ਚ ਬਣੀ ਹੋਈ ਰਾਖੀ ਦਾ ਹੀ ਯੂਜ਼ ਕਰੀਏ ਉਹ ਰਾਖੀ ਵੀ ਅਸੀਂ ਆਪਣੇ ਦੇਸ਼ 'ਚ ਬਣੀ ਹੋਈ ਔਰ ਕੋਸ਼ਿਸ਼ ਇਹ ਹੋਣੀ ਚਾਹੀਦੀ ਕਿ ਅਸੀਂ ਆਪਣੇ ਕਲਾਵਾ ਜਿਹਨੂੰ ਅਸੀਂ ਮੌਲੀ ਵੀ ਕਹਿੰਦੇ ਹਾਂ ਜੇ ਇਹ ਬਣਾਂਗੇ ਤਾਂ ਇਹ ਸਭ ਤੋਂ ਜ਼ਿਆਦਾ ਵਧੀਆ ਇੱਕ ਸਸਤਾ ਔਰ ਇੱਕ ਟਿਕਾਊ ਜਿਹੜਾ ਸੰਦੇਸ਼ ਤੁਸੀਂ ਦੇ ਰਹੇ ਹੋ ਜੇ ਇਹ ਸੰਦੇਸ਼ ਦੁਕਾਨਦਾਰਾਂ ਨੂੰ ਦਿੱਤਾ ਜਾਵੇ ਕਿ ਤੁਸੀਂ ਚਾਈਨੀਜ਼ ਰਾਖੀ ਨੂੰ ਵੇਚਣਾ ਹੀ ਨਹੀਂ ਹੈ ਤਾਂ ਮਾਰਕੀਟ ਦੇ ਵਿੱਚ ਚਾਈਨੀਜ਼ ਰਾਖੀ ਵਿਕੇਗੀ ਨਹੀਂ ਤਾਂ ਬਣੇਗੀ ਨਹੀਂ ਆਏਗੀ ਨਹੀਂ ਤੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕੀ ਸੰਦੇਸ਼ ਇਸ ਬਾਰੇ ਮੈਂ ਦੁਕਾਨਦਾਰਾਂ ਅੱਗੇ ਵੀ ਅਪੀਲ ਕਰਾਂਗੀ ਅਸੀਂ ਕਰਦੇ ਵੀ ਹਾਂ ਅਸੀਂ ਦੀਵਾਲੀ ਤੇ ਵੀ ਅਸੀਂ ਦੁਕਾਨਦਾਰਾਂ ਅੱਗੇ ਜਾ ਕੇ ਇਹ ਕਹੀਦਾ ਹੈ ਕਿ ਤੁਸੀਂ ਚਾਈਨਾ ਦਾ ਕੋਈ ਸਮਾਨ ਆਪਣੀ ਸ਼ਾਪਸ 'ਤੇ ਨਹੀਂ ਲਿਆਉਣਾ ਕਿਉਂਕਿ ਦੇਖੋ ਦੀਵਾਲੀ ਇੱਥੇ ਮਨਾਈ ਜਾਂਦੀ ਹੈ ਹੋਲੀ ਇੱਥੇ ਮਨਾਈ ਜਾਂਦੀ ਹੈ ਰਕਸ਼ਾਬੰਧਨ ਇੱਥੇ ਮਨਾਇਆ ਜਾਂਦਾ ਹੈ ਬਟ ਉਹ ਸਮਾਨ ਕਿੱਥੋਂ ਆਉਂਦਾ ਚਾਈਨਾ ਤੋਂ ਉੱਥੇ ਕੋਈ ਤਿਉਹਾਰ ਨਹੀਂ ਮਨਾਇਆ ਜਾਂਦਾ ਇਸ ਕਰਕੇ ਸਾਡੀ ਇਹ ਸਾਰਿਆਂ ਅੱਗੇ ਅਸੀਂ ਅਪੀਲ ਕਰਦੇ ਹਾਂ ਕਿ ਉਹਨਾਂ ਦੀ ਬਣਾਏ ਹੋਏ ਕੋਈ ਵੀ ਸਮਾਨ ਨੂੰ ਯੂਜ਼ ਨਹੀਂ ਕਰਨਾ ਆਪਣੇ ਦੇਸ਼ 'ਚ ਬਣਿਆ ਹੋਇਆ ਸਮਾਨ ਹੀ ਯੂਜ਼ ਕਰਨਾ ਸਾਡੇ ਨਾਲ ਅਧਿਆਕਸ਼ ਹੈਗੇ ਜਿਹੜੇ ਉਰੇ ਨਵੇਂ ਜਿਹੜੇ ਇਹਨਾਂ ਨੂੰ ਨਿਯੁਕਤ ਕੀਤਾ ਗਿਆ ਕੀ ਕਹਿਣਾ ਚਾਹੋਗੇ ਜੀ ਤੁਸੀਂ ਅੱਜ ਮੈਂ ਤਾਂ ਇਹ ਕਹਿੰਦੀ ਹਾਂ ਵੀ ਜੋ ਦੀਦੀ ਨੇ ਮੈਨੂੰ ਬਣਾਇਆ ਦੁਬਾਰੇ ਸੈਕਿੰਡ ਵਾਰ ਵੀ ਜਿਵੇਂ ਦਿਲੋਂ ਅਸੀਂ ਕਰਾਂਗੇ ਜਿਵੇਂ ਵੀ ਅਸੀਂ ਲੇਡੀਜ਼ ਨੂੰ ਆਹੀ ਦਿੰਦੇ ਹਾਂ ਵੀ ਆਪਣੇ ਪੰਜਾਬ ਦਾ ਬਣਿਆ ਹੋਇਆ ਸਮਾਨ ਵਰਤੋ ਅਸੀਂ ਬਣਾਉਂਦੇ ਵੀ ਹੈ ਜੇ ਜਿਵੇਂ ਹੋਲੀ ਆਉਂਦੀ ਹੈ ਹੋਲੀ ਟਾਈਮ ਵੀ ਅਸੀਂ ਆਪਣੇ ਜਾਂਦੇ ਦੁਕਾਨਾਂ 'ਤੇ ਹਰ ਇੱਕ 'ਤੇ ਅਤੇ ਦਿਵਾਲੀ ਟਾਈਮ ਵੀ ਕੋਈ ਵੀ ਆਪਣੇ ਪੰਜਾਬ ਦਾ ਬਣਿਆ ਹੋਇਆ ਵਰਤੋ ਇੱਕ ਤਾਂ ਆਪਣੀ ਮਾਲੀ ਹਾਲਤ ਅੱਛੀ ਹੁੰਦੀ ਹੈ ਨਾ ਅਤੇ ਇੱਕ ਵੈਸੇ ਵੀ ਆਪਣੇ ਉਹਨਾਂ 'ਚ ਬੜੇ ਗਲਤੋਂ ਪਾਏ ਹੁੰਦੇ ਬੱਚਿਆਂ ਨੂੰ ਇਨਫੈਕਸ਼ਨ ਹੋ ਜਾਂਦੀ ਹੈ ਤੋ ਇਹ ਹੀ ਹੈ ਵੀ ਮੈਂ ਤਾਂ ਇਹ ਕਹਿੰਦੀ ਵੀ ਆਪਣੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਆਪਣੇ ਇੱਥੇ ਦਾ ਬਣਿਆ ਹੋਇਆ ਸਮਾਨ ਯੂਜ਼ ਕਰੋ ਅਤੇ ਬਾਕੀ ਜਿਵੇਂ ਵੀ ਮੈਂ ਅੱਗੇ ਆਪਣੀਆਂ ਭੈਣਾਂ ਨੂੰ ਜਿਹੜੀ ਵੀ ਬਣਾਈਆਂ ਨਵੀਆਂ ਮੰਡਲ ਆਪਣੇ ਸਾਰੇ ਅੱਛੀ ਟੀਮ ਬਣਾ ਰਹੇ ਆਪਾਂ ਵਧੀਆ ਵਰਕ ਕਰੂੰਗੇ ਜਿਹਨੇ ਕਿਹਾ ਉਹ ਤਾਂ ਅੱਛਾ ਵਧੀਆ ਖਰਾ ਉਤਰਾਂਗੇ ਬਾਅਦ ਜਿਹੜਾ ਹੈਗਾ ਇਹ ਪ੍ਰੋਗਰਾਮ ਜਿਹੜਾ ਹੈ ਹੁਣ ਵਧੀਆ ਤਰੀਕੇ ਨਾਲ ਮਨਾਇਆ ਜਾ ਰਿਹਾ ਕੋਈ ਵੀ ਤਿਉਹਾਰ ਹੈ ਕਰੋਨਾ ਤੋਂ ਬਾਅਦ ਹੁਣ ਬੜੀ ਖੁਸ਼ੀਆਂ ਨਾਲ ਮਨਾਏ ਜਾ ਰਹੇ ਹੈ ਕਿਉਂਕਿ ਕਰੋਨਾ 'ਚ ਕਾਫੀ ਲੋਕ ਪਰੇਸ਼ਾਨ ਰਹੇ ਹੈ ਅਤੇ ਅੱਜ ਕਿਸ ਤਰ੍ਹਾਂ ਤੁਸੀਂ ਇਹ ਤਿਉਹਾਰ ਮਨਾ ਰਹੇ ਹੋ ਤੁਸੀਂ ਤੀਆਂ ਦਾ ਮਨਾ ਰਹੇ ਹੋ ਹਾਂਜੀ ਅਸੀਂ ਤੀਆਂ ਦਾ ਆਪਣੇ ਇਹਦੇ ਵੱਲੋਂ ਹੀ ਰੱਖਿਆ ਹੈ ਭਾਰਤ ਤਿੱਬਤ ਵੱਲੋਂ ਵੀ ਬੱਚਿਆਂ ਨੂੰ ਵੀ ਚੱਲ ਥੋੜ੍ਹਾ ਹੋ ਜਾਂਦੇ ਹਾਂਜੀ ਬਹੁਤ ਅੱਛਾ ਕਾਫੀ ਦੇਰ ਬਾਅਦ ਹੁਣ ਇਕੱਠੇ ਹੋਣ ਦਾ ਮੌਕਾ ਮਿਲਿਆ ਕਰੋਨਾ ਤੋਂ ਬਾਅਦ ਅਤੇ ਬੱਚੇ ਇਕੱਠੇ ਹੋਏ ਵੇ ਸਾਰੀਆਂ ਮੈਡਮਾਂ ਸਾਡੀਆਂ ਆਈਆਂ ਵੀਆਂ ਇਹ ਦੀਦੀ ਪੰਜਾਬ ਤੋਂ ਜਲੰਧਰ ਤੋਂ ਆਏ ਵੀ ਕਾਫੀ ਦੂਰ ਤੋਂ ਸਾਰੇ ਮਿਲ ਕੇ ਬਹੁਤ ਅੱਛੇ ਆ ਯਾਨੀ ਕਿ ਅੱਛਾ ਰਿਸਪੋਂਸ ਮਿਲ ਰਿਹਾ ਰਾਜਪੁਰੇ 'ਚ ਵੀ ਆਪਣੇ ਆਉਣ ਵਾਲੇ ਟਾਈਮ 'ਚ ਬਹੁਤ ਅੱਛਾ ਆਪਾਂ ਵੀ ਉਹ ਹੋਏਗਾ ਤੁਸੀਂ ਅੱਜ ਰਾਜਪੁਰਾ ਸ਼ਹਿਰ ਦੇ ਵਿੱਚ ਆਏ ਹੋ ਤਾਂ ਕੀ ਸੰਦੇਸ਼ ਦੇਣਾ ਚਾਹੋਗੇ ਮੇਰਾ ਮੈਂ ਭਾਰਤ ਤਿੱਬਤ ਸਹਿਯੋਗ ਮੰਚ ਸੁਮਨ ਸੋਨ ਜ਼ਿਲ੍ਹਾ ਜਲੰਧਰ ਦੇ ਪ੍ਰੈਜ਼ੀਡੈਂਟ ਹਾਂ
असी काफ़ी टाइम तो अभी भैन जुड़िया हैं और अगे भी अं नवी भैन जोड़ते पे हैं। मेरा यही संदेश है जो भैन कह रही हैं क्योंकि अगे रखड़ी आ रही है हर घर के अपनी बनी हुई रखड़ी या इंडिया की बनी हुई रखड़ी साढ़े यही है कि इंडिया कोई माल सही नहीं है। ठीक है साढ़े बहुत वधिया वरायटी है अच्छी अच्छी भी है सोहनिया भी है सिर्फ एक बंदे कहें कि एक चमक दमक वाल आप जाते हैं वो सब तो वीड्डी गल हैगी साढ़े देश में यह होना चाहिए कि करोना के देख लो जी सब कुछ खत्म हो चुका से साडा ही नहीं पूरे वर्ल्ड का है ना इतने सानू सब तो बड़ा सबक सीखना चाहिए कि सानू चाइना तो कोई भी चीज़ नहीं लैनी चाहिए रखड़ी की गल छोड़ दो कोई भी चीज़। ठीक है ना इस करके मेरी यही सारी दुनिया के नाल सारी पब्लिक के नाल सारे इंडिया के नाल यही आ कि चाइना की चीज़ जी बिल्कुल बाइकाट कर। सो तुसी देख पा रहे सी एक मैं अनाउंस करना सी। हाँ जी एक बार असी अपनी टीम अनाउंस की अज भारत तिब्बत सहयोग मंच की अविनाश कौर जी जिला राजपुरा तो इन्हों अध्यक्ष बनाया गया भारत तिब्बत सहयोग मंच वाल मंच भारत तिब्बत सहयोग मंच की अध्यक्ष नियुक्त किया गया तो मंच की पूरी टीम इन्हों का बहुत बहुत इन्हों बधाई देती है और जिला जलंधर तो मिसेस सुमन सौंध जी अध्यक्ष नियुक्त किया जाता है और मोहाली तो संतोष कश्यप जी अध्यक्ष नियुक्त किया गया है असी आज दी नवी टीम अपनी अनाउंस की। सो तुसी देख रहे थे कि यह प्रोग्राम जो रखा गया है तो बड़ी खुशियां नाल जो प्रोग्राम मनाया जा रहा है तो इन वालों जोड़ा है मेन जोड़ा इन्हों का मोटिव सगा कि चाइनीज़ चीज़ों जो बंद किया जाए आने वाले दिनों जोड़ी चाइनीज़ राखी है वह टोटली जोड़ा है उन्होंने बैन किया जाना चाहिए ताकि हिंदुस्तान काम करने लोगों को जोड़ा पहले राखियां बना के हाथ नाल बेचते थे उन्होंने कारोबार मिले बड़ा वधिया इन्हों का जोड़ा है एक प्रोग्राम सगा तो इस प्रोग्राम का आनंद लो तो फिलहाल तुम संदीप चौधरी दो इजाजत आप फिर मिलेंगे नवी खबर के नाल कैमरामैन मोहित के नाल संदीप चौधरी न्यूज़ 89 पंजाब।